ਸਸਕੀਗਾ ਦੋਸਤੋ ਮੈਂ ਸਿਮਰਜੀਤ ਬੈਸ ਇਹ ਦੋਸਤ ਆਏ ਮੇਰੇ ਕੋਲੇ ਜਿਹੜੇ ਜਿਮ ਚਲਾਉਂਦੇ ਆ ਜਿੱਥੇ ਨੌਜਵਾਨ ਸਾਡਾ ਕਸਰਤ ਕਰਨ ਲਈ ਜਾਂਦਾ ਇਹ ਸਾਰੇ ਉਹ ਦੋਸਤ ਹੈ ਪੈਸ਼ਨੇਟ ਨਾਲੇ ਫੁੱਲ ਨਾਲੇ ਫਲੀਆਂ ਜਿਹੜੇ ਆਪੋ ਆਪਣੇ ਫੀਲਡ ਦੇ ਵਿੱਚ ਸਪੋਰਟਸ ਖਿੱਤੇ ਦੇ ਅੰਦਰ ਕੋਈ ਗੋਲਡ ਮੈਡਲ ਲੈ ਕੇ ਆਇਆ ਸਟੇਟ ਦੇ ਵਿੱਚੋਂ ਕੋਈ ਨੈਸ਼ਨਲ ਚੋਂ ਕੋਈ ਕੌਮਾਂਤਰੀ ਪੱਧਰ ਦੇ ਉੱਤੇ ਕੋਈ ਕਾਂਸੇ ਦਾ ਲੈ ਕੇ ਆਇਆ ਕੋਈ ਚਾਂਦੀ ਦਾ ਤਗਮਾ ਲੈ ਕੇ ਆਇਆ ਮਤਲਬ ਇਹ ਬੜੇ ਯੋਧੇ ਆ ਮੇਰੇ ਨਾਲ ਬੜੇ ਪਿਛਲੇ ਲੰਬੇ ਸਮੇਂ ਤੋਂ ਉਦੋਂ ਪ੍ਰਾਊਡ ਫੀਲ ਹੁੰਦਾ ਜਦੋਂ ਸਾਡੇ ਦੇਸ਼ ਦਾ ਅਤੇ ਸਾਡੇ ਸਟੇਟ ਦਾ ਅਤੇ ਸਾਡੇ ਜ਼ਿਲ੍ਹੇ ਦਾ ਨਾਮ ਆਪੋ ਆਪਣੀ ਮਹਾਰਤ ਦੇ ਅਨੁਸਾਰ ਆਪੋ ਆਪਣੀ ਖੇਡ ਦੇ ਵਿੱਚ ਰੋਸ਼ਨ ਕਰਕੇ ਆਉਂਦੇ ਆ ਸੋ ਅੱਜ ਮੇਰੇ ਕੋਲ ਇਸ ਕੰਮ ਵਾਸਤੇ ਹੈ ਵੀ ਸਾਡਾ ਜਿਹੜਾ ਕੋਵਿਡ-19 ਜਿਹੜਾ ਲਾਕਡਾਊਨ ਕਾਰਨ ਸਾਡਾ ਧੰਦਾ ਚੌਪਟ ਹੋ ਗਿਆ ਜਿੰਨੇ ਜਿਮ ਹੈਗੇ ਆ ਹੈਲਥ ਕਲੱਬ ਉਹ ਸਾਰੇ ਬੰਦ ਪਏ ਆ ਇੱਕ ਪਾਸੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੇ ਸਾਡੀ ਇਮਿਊਨਿਟੀ ਤਕੜੀ ਹੈਗੀ ਆ ਨਾ ਤੇ ਅਸੀਂ ਕਿਸੇ ਵੀ ਬਿਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਹੈਗੇ ਅਸੀਂ ਕਿਸੇ ਬਿਮਾਰੀ ਨੂੰ ਢਾ ਸਕਦੇ ਹਾਂ ਜੇ ਤੁਸੀਂ ਤੰਦਰੁਸਤ ਹੋ ਹੁਣ ਤੰਦਰੁਸਤ ਘਰੇ ਬੈੱਡ ਤੇ ਪੈ ਤਾਂ ਹੋ ਨਹੀਂ ਸਕਦਾ ਬੰਦਾ ਜਾਂ ਕੁਰਸੀ ਤੋੜ ਬੰਦਾ ਤੰਦਰੁਸਤ ਨਹੀਂ ਹੋ ਸਕਦਾ ਉਹਨੂੰ ਵਰਕਆਊਟ ਕਰਨਾ ਪੈਣਾ ਸੋ ਵਰਕਆਊਟ ਕਰਨ ਦਾ ਸਭ ਤੋਂ ਚੰਗਾ ਸਾਧਨ ਜਿਹੜਾ ਉਹ ਹੈਲਥ ਕਲੱਬ ਜੁਆਇਨ ਕਰ ਲਿਆ ਜਿਮ ਜੁਆਇਨ ਕਰ ਲਿਆ ਜਿਮ ਹੈਗੇ ਬੰਦ ਇਹਨਾਂ ਦੇ ਸਤਿਕਾਰਯੋਗ ਸੀਐਮ ਸਾਹਿਬ ਜਿੱਦਣ ਲਾਈਵ ਹੋਏ ਉਹਨਾਂ ਨੂੰ ਵੀ ਇਹਨਾਂ ਨੇ ਥੱਲੇ ਸਾਰੇ ਪੰਜਾਬ ਦੇ ਵਿੱਚੋਂ ਕਮੈਂਟਸ ਕੀਤੇ ਵੀ ਤੁਸੀਂ ਹੈਲਥ ਕਲੱਬ ਐਂਡ ਜਿਮ ਜਿਹੜੇ ਆ ਓਪਨ ਕਰੋ ਉਹਨਾਂ ਨੇ ਵੀ ਇਹਨਾਂ ਨੂੰ ਇਹ ਕਹਿਤਾ ਵੀ ਇਹ ਮੇਰੇ ਅਧਿਕਾਰ ਖੇਤਰ 'ਚ ਨਹੀਂ ਇਹ MHA ਮਿਨਿਸਟਰੀ ਆਫ ਹੋਮ ਅਫੇਅਰ ਦੀਆਂ ਗਾਈਡਲਾਈਨ ਅਨੁਸਾਰ ਸਾਨੂੰ ਚੱਲਣਾ ਪੈਣਾ ਸਪੋਰਟਸ ਮਿਨਿਸਟਰ ਨੂੰ ਮਿਲੇ ਸਾਡੇ ਲੋਕਲ ਮਿਨਿਸਟਰ ਨੂੰ ਮਿਲੇ ਮੈਂ ਇਹਨਾਂ ਦੀ ਸਾਰੀ ਗੱਲ ਨਾਲ ਸਹਿਮਤ ਆ ਐਂਡ ਇਹ ਮਸਲਾ ਟੇਕ ਅਪ ਕਰਨ ਦੀ ਜ਼ਰੂਰਤ ਹੈਗੀ ਆ MHA ਦੇ ਨਾਲ ਸਾਡੇ ਦੇਸ਼ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਜਿਹੜੀ ਤੈਅ ਕਰਦੀ ਹੈ ਕਿ ਕੋਵਿਡ-19 ਲਾਕਡਾਊਨ ਦੇ ਦੌਰਾਨ ਕਿਹੜੀ ਚੀਜ਼ ਅਸੀਂ ਬੰਦ ਕਰਨੀ ਹੈ ਕਿਹੜੀ ਖੋਲ੍ਹਣੀ ਆ ਜੇ ਉਹ ਖੋਲ੍ਹਣੀ ਆ ਤੇ ਉਹਦੇ ਸ਼ਰਤਾਂ ਦੇ ਨਿਯਮ ਕੀ ਹੋਣਗੇ ਸਪੋਜ਼ ਕਰੋ ਇਹਨਾਂ ਦਾ ਜਿਮ 20% ਦੀ ਕਪੈਸਿਟੀ ਵਾਲਾ 20 ਦੀ ਜਗ੍ਹਾ ਇਹਨਾਂ ਨੂੰ 7, 8, 10 ਕੋਈ ਟਾਈਮਿੰਗ ਸੋ ਮੈਂ ਯਤਨ ਜ਼ਰੂਰ ਕਰੂੰਗਾ ਕਿਉਂਕਿ MHA ਦੇ ਵਿੱਚ ਅਕਸਰ ਜਿਹੜੇ ਟੈਲੀਫੋਨ 'ਤੇ ਵੀ ਗੱਲਬਾਤ ਚੰਗੇ ਨੁਮਾਇੰਦੇ ਚੰਗੇ ਤਰੀਕੇ ਨਾਲ ਨੁਮਾਇੰਦੇ ਦੀ ਗੱਲ ਵੀ ਸੁਣਦੇ ਆ ਉੱਥੇ ਅਤੇ ਮੈਂ ਇਹਨਾਂ ਦੀ ਜਿਹੜੀ ਦਿੱਕਤ ਸਮੱਸਿਆ ਇਕੱਲੀ ਇਹਨਾਂ ਦੀ ਨਹੀਂ ਹੈਗੀ ਉਹ ਪੰਜਾਬ ਦੇ ਅੰਦਰ ਸਾਰੇ ਜਿਹੜੇ ਸਿਹਤਮੰਦ ਸਿਹਤ ਲਈ ਫਿਕਰਮੰਦ ਲੋਕ ਹੈਗੇ ਆ ਨਾ ਜਿਹਨਾਂ ਨੂੰ ਸ਼ੌਕ ਹੈਗਾ ਆਪਣੀ ਸਿਹਤ ਨੂੰ ਚੰਗੇ ਤਕੜੇ ਤੰਦਰੁਸਤ ਰੱਖਣ ਦਾ ਉਹਨਾਂ ਸਾਰਿਆਂ ਦਾ ਮਸਲਾ ਤੇ ਅਸੀਂ ਇਹ ਕੋਰੋਨਾ ਬਿਮਾਰੀ ਨੂੰ ਵੀ ਹਰਾਉਣ ਵਾਸਤੇ ਤੰਦਰੁਸਤੀ ਸਾਡੇ ਕੋਲ ਇੱਕੋ ਇੱਕ ਸਾਧਨ ਹੈ ਸੋ ਮੈਂ ਯਤਨ ਕਰੂੰਗਾ ਕਿ MHA ਦੇ ਨਾਲ ਮਸਲਾ ਟੇਕਅਪ ਕਰਕੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਲਾਕਡਾਊਨ ਵਾਸਤੇ ਨਿਯਮ ਤੇ ਸ਼ਰਤਾਂ ਜਾਂ ਉਹ ਸਮੇਂ-ਸਮੇਂ ਤੇ ਸਰਕੂਲਰ ਜਾਰੀ ਕਰਦੇ ਰਹਿੰਦੇ ਆ ਸਟੇਟਾਂ ਨੂੰ ਉਹ ਮੇਰੇ ਖਿਆਲ 2-3 ਦਿਨ ਕੋਈ ਨਾ ਕੋਈ ਉਹਨਾਂ ਦੀ ਨਵੀਂ ਗਾਈਡਲਾਈਨਸ ਆਈ ਹੁੰਦੀ ਹੈ MHA ਦੀ ਸੋ ਆਉਣ ਵਾਲੀ ਗਾਈਡਲਾਈਨ ਦੇ ਵਿੱਚ ਜਿਹੜਾ ਜਿਮ ਹੈਗਾ ਜਾਂ ਹੈਲਥ ਕਲੱਬ ਹੈ ਉਹਨਾਂ ਨੂੰ ਰਿਲੈਕਸੇਸ਼ਨ ਦਿਵਾਉਣ ਵਾਸਤੇ ਮੈਂ ਜ਼ਰੂਰ ਯਤਨ ਕਰੂੰਗਾ ਸੋ ਮੈਂ ਜਿੱਥੇ ਇਹਨਾਂ ਦੋਸਤਾਂ ਦਾ ਧੰਨਵਾਦ ਆ ਅਤੇ ਉੱਥੇ ਮੈਂ ਗੁਰੂ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਕਰੂੰਗਾ ਕਿ ਜਿਹੜੀ ਮਹਾਂਮਾਰੀ ਆ ਕਰੋਨਾ ਜਿਹਨੂੰ ਕੋਵਿਡ-19 ਵੀ ਬੋਲ ਦਿੰਦੇ ਆ ਇਸ ਮਹਾਂਮਾਰੀ ਤੋਂ ਪੂਰੇ ਵਿਸ਼ਵ ਨੂੰ ਗੁਰੂ ਸਾਹਿਬ ਕਿਰਪਾ ਕਰਨ ਰਾਹਤ ਮਿਲ ਜਾਵੇ ਬਹੁਤ ਬਹੁਤ ਧੰਨਵਾਦ ਸੁਰੱਖਿਅਤ ਰਹੋ ਤੰਦਰੁਸਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ